بولے سونے حال ساس بھی اکال واہگرو جی کا خالصہ واہگرو جی کی فتح پیارے درشکو کمیونٹی میٹر جڑا سا ہفتہ واری پروگرام لے کے حاضر ہاں ایتکی پھر اسی تیسرا سا شو ہے جی جنریشن گیپ تے بچیاں بارے آپ نوجوانوں بارے گل کرتے سی تے ہونے دے وچ بڑے بھی آ گئے تے سارا ایک پیڑیاں دا فرق ہے گا جڑا کیونکہ اپن چار پیڑیاں ہو گیا جی اتنے رہدے اس دیش دے وچ اس دیش دے وچ جڑا پیڑی دا پاڑا ہے وہ بارے گل کریں گے سجے پاسے ساڈے جگدیش سنگھ جی بیٹھے نے کتے بجو وکیل نے بڑے پڑھے لکھے نے تے ساڈے نال ساڈے مانگٹ پاشا اوتار سنگھ جی مانگٹ صاحب ایم بی ای بیٹھے نے ہیڈ ٹیچر رہے ہیں جی تے ساڈے ریتو شرما جی ٹیچر نے تے نال انہاں دے بیٹھے نے ڈاکٹر سجندر سنگھ جی سنگا پرنسیپل رہے ہیں جی کالج دے وچ سنگا صاحب ہاں جی جنریشن گیپ ہاں جی یہ بڑا بڑا ہو جاتا کر کے چار جنریشن یا پانچ جنریشن دا فرق بہت ہے جی ادو گیپ ہور طرح دا سی ہن ہور طرح دا اگے ہور طرح دا ہو جانا کی کہو گے جنریشن گیپ دی گل سمجھن واسطے جے اپا اج دیکھیے گلوبل لیڈرشپ تے آسٹریا دے وچ لیڈر جتیا 31 سال دا بہت جنگ ہاں جی ہیں جی سباسٹین کرٹس دا نام ہے تے اپاں نوں پتہ پئی کینیڈا دے وچ ٹروڈو او وی جنگ ہے ہاں جی تے فرانس دے وچ پریزیڈنٹ بنیا میکرون او وی جنگ ہے جی تے دوجے پاسے ٹرمپ صاحب 70ویں چ ہیں ہاں جی تے مودی صاحب 60ویں چ ہے ਅਤੇ ਥਰੀਜ਼ਾ ਮੇ ਵੀ 60ਵੇਂ 'ਚ ਹੈ ਇਹ ਮਤਲਬ ਵੀ ਜਨਰੇਸ਼ਨ ਗੈਪ ਕਹਿ ਲਓ ਜੀ ਇਹਨਾਂ ਦੀ ਸੋਚ ਵੱਖਰੀ ਇਹਨਾਂ ਦਾ ਵਰਤਾਰਾ ਵੱਖਰਾ ਇਹਨਾਂ ਦੀਆਂ ਤਕਰੀਰਾਂ ਵੱਖਰੀਆਂ ਅਤੇ ਇਹਨਾਂ ਦਾ ਲਹਿਜ਼ਾ ਵੱਖਰਾ ਇੱਦਾਂ ਹੀ ਮਤਲਬ ਆਪਣੇ ਭਾਈਚਾਰਿਆਂ ਦੇ ਵਿੱਚ ਹੈਗਾ ਪਰ ਮੈਂ ਇੱਕ ਵਾਰ ਟੁੱਕਣ ਲੱਗਾ ਹਾਂਜੀ ਇੱਕ ਵਾਰੀ ਮੈਂ ਸ਼ੋਅ ਕਰਦਾ ਸੀ ਅਤੇ ਤੁਸੀਂ ਕਿਹਾ ਸੀ ਆਹ ਜ਼ਿਆਦਾ ਬਜ਼ੁਰਗ ਬਣਿਆ ਨਾ ਰਾਸ਼ਟਰਪਤੀ ਹਾਂਜੀ ਵੀ ਦੁਨੀਆਂ ਦੇ ਵਿੱਚ ਬਹੁਤ ਹਲਚਲ ਹੋ ਗਈ ਆ ਬਿਲਕੁਲ ਸੋ ਬਜ਼ੁਰਗ ਜਿਹੜੇ ਹੈਗੇ ਹਲਚਲ ਦਾ ਕਾਰਨ ਨੇ ਬਿਲਕੁਲ ਹਲਚਲ ਦਾ ਕਾਰਨ ਬਜ਼ੁਰਗ ਚੰਗੇ ਵੀ ਹੋ ਸਕਦੇ ਆ ਅਤੇ ਹਲਚਲ ਵੀ ਮਚਾ ਸਕਦੇ ਆ ਬਜ਼ੁਰਗ ਸਿਆਣੇ ਵੀ ਹੁੰਦੇ ਆ ਹੁਣ ਦੇਖੋ ਨਾ ਵੀ ਉਹ ਰੇਗਨ ਵੀ ਰਿਪਬਲਿਕਨ ਪਾਰਟੀ ਦਾ ਸੀਗਾ ਉਹ ਵੀ ਰਾਈਟ ਵਿੰਗਰ ਸੀ ਪਰ ਉਹ ਇੰਨੀ ਹਲਚਲ ਨਹੀਂ ਮਚਾਈ ਜਿੰਨੀ ਟਰੰਪ ਸਾਹਿਬ ਨੇ 6 ਮਹੀਨੇ 'ਚ ਮਚਾਤੀ ਹੈ ਅਤੇ ਇਹਦੇ ਮਤਲਬ ਕਿ ਆਪਣੇ ਭਾਈਚਾਰੇ ਦੇ ਵਿੱਚ ਆ ਗੁਰਦੁਆਰਿਆਂ ਦੇ ਵਿੱਚ ਆ ਪਰਿਵਾਰਾਂ ਦੇ ਵਿੱਚ ਆ ਜੇ ਸਿਆਣੇ ਬਜ਼ੁਰਗ ਆ ਸਿਆਣੀ ਸੇਧ ਦੇਣਗੇ ਜੇ ਮਤਲਬ ਕਿ ਬਜ਼ੁਰਗ ਦੀ ਆਪਣੀ ਸਿਹਤ ਹੈ ਨਹੀਂ ਸੇਧ ਹੈ ਨਹੀਂ ਅਤੇ ਉਹਨਾਂ ਨੇ ਸਿਹਤ ਗਾਂਹ ਕੀ ਦੇ ਚਲੋ ਆਪਾਂ ਮਤਲਬ ਕਿ ਅਸਲੀ ਗੱਲ 'ਤੇ ਆਉਂਦੇ ਹਾਂ ਇੱਥੇ ਮਤਲਬ ਕਿ ਜਿਹੜਾ ਜਨਰੇਸ਼ਨ ਗੈਪ ਹੈਗਾ ਆ ਜੀ ਉਹਦੇ 3-4 ਵੱਖਰੇ ਵੱਖਰੇ ਪਹਿਲੂ ਆ ਜੀ ਇੱਕ ਤਾਂ ਜਨਰੇਸ਼ਨ ਗੈਪ ਇਹ ਹੈਗਾ ਕਿ ਆਪਾਂ 4-5 ਪੀੜ੍ਹੀਆਂ ਇਸ ਮੁਲਕ ਦੇ ਵਿੱਚ ਹੈਗੇ ਹਾਂ ਤਕਰੀਬਨ ਪੰਜਾਬੀ ਸਿੱਖ ਜਾਂ ਆਪਣਾ ਇੰਡੀਅਨ ਜਾਂ ਏਸ਼ੀਅਨ ਭਾਈਚਾਰਾ ਬਹੁਤ ਸਾਰੇ ਲੋਕਾਂ ਦੇ ਜਨਮ ਉੱਥੇ ਹੋਏ ਵਿੱਦਿਆ ਉੱਥੇ ਦੀ ਆ ਅਤੇ ਉਹ ਕੰਮ ਕਰਨ ਲਈ ਇੱਥੇ ਸਿੱਧੇ ਆ ਗਏ ਦੂਜੇ ਮਤਲਬ ਹੈ ਵੀ ਬਹੁਤ ਜੰਗ ਉਮਰ ਦੇ ਵਿੱਚ ਸੀਗੇ ਉਹ ਇੱਥੇ ਆ ਕੇ ਉਹਨਾਂ ਨੇ ਐਜੂਕੇਸ਼ਨ ਲਈ ਅਤੇ ਇੱਥੇ ਆ ਕੇ ਉਹ ਕੰਮ ਕਰਦੇ ਹੋਏ ਸੈਟਅਪ ਹੋਏ ਹੁਣ ਗਾ ਮਤਲਬ ਵੀ ਜਨਮੇ ਵੀ ਇੱਥੇ ਅਤੇ ਪਰਵਰਿਸ਼ ਵੀ ਇੱਥੇ ਦੀ ਅਤੇ ਕੰਮ ਵੀ ਇੱਥੇ ਦਾ ਅਤੇ ਗਾਂ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਨਾ ਪਿਛਲਾ ਮਤਲਬ ਵੀ ਭਾਸ਼ਾ ਦਾ ਨਾ ਧਰਮ ਦਾ ਕੋਈ ਮਤਲਬ ਵੀ ਉਹਨਾਂ ਦੇ ਜਨਮ ਤੋਂ ਗਾਂ ਉਹਨਾਂ ਦੇ ਜਿਹੜੇ ਸੰਸਕਾਰ ਆ ਉਹ ਵੀ ਬਿਲਕੁਲ ਇੱਥੇ ਦੇ ਆ ਇਹ 4-5 ਜਨਰੇਸ਼ਨਾਂ ਇੱਕ ਕਿਸਮ ਦੀਆਂ ਬਹੁਤ ਫਰੈਗਮੈਂਟਡ ਆ ਕਲਚਰਲੀ ਸੋਸ਼ਲੀ ਅਤੇ ਮਾਨਸਿਕ ਤੌਰ 'ਤੇ ਹੁਣ ਸਵਾਲ ਇਹ ਹੈਗਾ ਵੀ ਕੀ ਇਹਦੇ ਵਿੱਚ ਆਪਾਂ ਸਾਂਝ ਪੈਦਾ ਕਰ ਸਕਦੇ ਜਾਂ ਨਹੀਂ ਹੁਣ ਮਤਲਬ ਕਿ ਇੱਕ ਪਰਿਵਾਰ ਦੇ ਵਿੱਚ ਦੇਖੀਏ ਕਿਸੇ ਵੀ ਪਰਿਵਾਰ ਨੂੰ ਤੁਸੀਂ ਲੈ ਲਓ ਸ਼ਾਮ ਨੂੰ ਤੁਸੀਂ ਤਾਂ ਦੇਖੋਗੇ ਸਿੱਖ ਚੈਨਲ ਜਾਂ ਆਪਣੇ ਅਕਾਲ ਚੈਨਲ ਜਾਂ ਮਤਲਬ ਕਿ ਕੋਈ ਹੋਰ ਆਪਣੇ 4-5 ਚੈਨਲਾਂ ਹੈਗੀਆਂ ਜਾਂ 7-10 ਚੈਨਲਾਂ ਹੈਗੀਆਂ ਪੰਜਾਬੀ ਜਾਂ ਮੈਂ ਉਸ ਜਨਰੇਸ਼ਨ 'ਚੋਂ ਨਹੀਂ ਹੁੰਦਾ ਤੁਸੀਂ ਨਹੀਂ ਚਲੋ ਮੇਰਾ ਮਤਲਬ ਕਹਿਣ ਦਾ ਵੀ ਜਿਹੜੀ ਵੱਡੀ ਜਨਰੇਸ਼ਨ ਹੈ ਜਿਹਨੇ ਕਦੇ ਪੰਜਾਬੀ ਦੇ ਅਖਬਾਰ ਨਹੀਂ ਪੜ੍ਹੇ ਉਹ ਮਤਲਬ ਕਿ ਹੁਣ ਗੁਰਦੁਆਰੇ ਜਾ ਉਹ ਪਛਾਣ ਲੈਂਦੇ ਜੀ ਤੁਹਾਨੂੰ ਦੇਖਿਆ ਟੈਲੀਵਿਜ਼ਨ 'ਤੇ ਅਤੇ ਇਹਦਾ ਮਤਲਬ ਵੀ ਲੋਕ ਦੇਖਦੇ ਹੈਗੇ ਆ ਗੱਲ ਸੁਣਦੇ ਆ ਮੇਰੇ ਗੱਲ ਕਰਨ ਦਾ ਭਾਵ ਹੈਗਾ ਵੀ ਉਹਨਾਂ ਦਾ ਜਿਹੜਾ ਮੀਡੀਆ ਦੇ ਨਾਲ ਸੰਪਰਕ ਆ ਉਹ ਉਸ ਲੈਵਲ ਦਾ ਜੀ ਉਹ ਤੋਂ ਬਾਅਦ ਜਿਹੜੀ ਜਨਰੇਸ਼ਨ ਹੈਗੀ ਆ ਕਹਿ ਲਓ ਵੀ ਸੈਮੀ ਬ੍ਰਿਟਿਸ਼ ਜੀ ਉਹ ਦੇਖਣਗੇ ਪੀਕ ਟਾਈਮ BBC ਨਿਊਜ਼ ਜਾਂ ਸਕਾਈ ਨਿਊਜ਼ ਜਾਂ ਕੁਛ ਕੀ ਹੋ ਰਿਹਾ ਹੈਗਾ ਅਤੇ ਗਾਂ ਜਿਹੜੀ ਅਗਲੀ ਜਨਰੇਸ਼ਨ ਹੈਗੀ ਥਰਡਲੀ ਉਹਨਾਂ ਨੂੰ ਮਤਲਬ ਕਿ ਦੋਹਾਂ ਨਾਲ ਕੋਈ ਸੰਬੰਧ ਨਹੀਂ ਹੈਗਾ ਉਹਨਾਂ ਨੇ ਆਪਣੀ ਜਿਹੜੀ ਨਿਊਜ਼ ਅਪਡੇਟ ਆਪਣੇ ਮੋਬਾਈਲ ਤੋਂ ਲੈ ਲੈਣੀ ਹੈ ਸੋ ਨੈਚੁਰਲ ਪ੍ਰੋਸੈਸ ਹਾਈ ਪ੍ਰੋਸੈਸ ਹੈ ਅਤੇ ਗਾਂ ਮਤਲਬ ਕਿ ਇਹਦੇ ਵਿੱਚ ਇਹ ਦੇਖੋ ਸ਼ਾਮ ਨੂੰ ਪਰਿਵਾਰ ਦੇ ਵਿੱਚ ਅਸਲੀ ਗੱਲ ਹੈਗੀ ਹੈ ਵੀ ਜੇ ਪਰਿਵਾਰ ਦੇ 5 ਹੀ ਆ ਜਾਂ ਜਿੰਨੇ ਵੀ ਹੈਗੇ ਆ ਉਹ 5 ਦਾ ਇੱਕ ਕਮਰੇ ਦੇ ਵਿੱਚ ਸਾਂਝ ਹੈ ਨਹੀਂ ਉਹ ਬਹਿੰਦੇ ਨਹੀਂ ਟੇਬਲ 'ਤੇ ਹੁਣ ਤਾਂ ਕਲਚਰ ਹੀ ਨਹੀਂ ਉਹ ਕਲਚਰ ਹੀ ਨਹੀਂ ਅਤੇ ਉਹਨਾਂ ਦੇ ਆਪੋ ਆਪਣੇ ਸਾਧਨ ਹੈ ਆਪਣਾ ਆਪਣਾ ਇੰਟਰਸਟ ਵੈਰੀ ਸੈਡ ਹਾਂ
ਸੋਰੀ ਸਰ ਆਪਾਂ ਰਿਤੂ ਜੀ ਮੈਂ ਤੁਹਾਡਾ ਹੋਰ ਗੱਲ ਕਰਦਾ ਮੈਂ ਆਪਣੀ ਜਨਰੇਸ਼ਨ ਦੀ ਗੱਲ ਕਰਦਾ ਸਾਡੀ ਜਨਰੇਸ਼ਨ ਨੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਵਾਸਤੇ ਜ਼ਿੰਦਗੀ ਲਾਤੀ ਜੀ ਜ਼ਿੰਦਗੀ ਭਰ ਦੀ ਕਮਾਈ ਲਾਤੀ ਬੱਚਿਆਂ ਨੇ ਜੇ ਵਿਆਹਾਂ 'ਤੇ ਕਿਹਾ ਜੋ ਉਹਨਾਂ ਨੇ ਕਿਹਾ ਦੇ ਡਿਡ ਦੈਟ ਅਤੇ ਹੁਣ ਜੇ ਕੋਈ ਬੱਚਾ ਸਾਡਾ ਵਰਗਾ ਬਜ਼ੁਰਗ ਕਹਿ ਦੇਵੇ ਨਾ ਭਾਈ ਮੈਨੂੰ ਲੋੜ ਆ ਤੇਰੀ ਉਹ ਆਪਾਂ ਹੀ ਨਾ ਆਪਣਾ ਸਕੈਜੂਲ ਤੁਹਾਡੇ ਮੂੰਹ ਰੱਖਦੇ ਟਾਈਮ ਟੇਬਲ ਲੁੱਕ ਦਿਸ ਇਜ਼ ਮਾਈ ਟਾਈਮ ਟੇਬਲ ਇਹਦੇ ਵਿੱਚ ਜੇ ਤੂੰ ਫਿੱਟ ਹੁੰਦਾ ਤਾਂ ਕਰ ਲਾ ਅਦਰਵਾਈਜ਼ ਆਈ ਡੋਂਟ ਵਾਂਟ ਟੂ ਨੋ ਯੂ ਇੰਨੇ ਮੈਂ ਸਮਝਦਾ ਕਿ ਦੇ ਆਰ ਵੈਰੀ ਸੈਲਫਿਸ਼ ਨਹੀਂ ਸਰ ਸੈਲਫਿਸ਼ ਦੈਟਸ ਨਾਟ ਫੇਅਰ ਨਹੀਂ ਆਈ ਡੋਂਟ ਅਗਰੀ ਵਿਦ ਵਾਟ ਯੂ ਆਮ ਨਾਟ ਬਲੇਮਿੰਗ ਤੁਹਾਡਾ ਮਤਲਬ ਆਮ ਨਾਟ ਅਗਰੀਇੰਗ ਵਿਦ ਯੂ ਐਟ ਆਲ ਔਨ ਦਿਸ ਐਨੀਵੇ ਸਿਚੁਏਸ਼ਨ ਇਹ ਬਿਲਕੁਲ ਸੈਲਫਿਸ਼ ਨਹੀਂ ਆ ਜਦੋਂ ਤੁਸੀਂ ਹੁਣ ਅਨਫੋਰਚੁਨੇਟਲੀ ਪਲੀਜ਼ ਡੋਂਟ ਟੇਕ ਅਫੈਂਸ ਵੈਨ ਆਈ ਸੇ ਦੈਟ ਜਿਹੜੇ ਆਪ ਸਾਡੇ ਪੇਰੈਂਟਸ ਆ ਵੱਡੇ ਜਿਹੜੇ ਲੋਕ ਪਿਛਲੀ ਤੁਹਾਡੀ ਜਨਰੇਸ਼ਨ ਦੇ ਨੇ ਉਹ ਕਹਿੰਦੇ ਅਸੀਂ ਆਪਣੀ ਪੂਰੀ ਲਾਈਫ ਤੁਹਾਡੇ 'ਚ ਇਨਵੈਸਟ ਕਰਤੀ ਅਸੀਂ ਸਾਰੇ ਪੈਸੇ ਤੁਹਾਡੇ 'ਤੇ ਇਨਵੈਸਟ ਯੂ ਡਿਡ ਨੋਟ ਡੂ ਦੈਮ ਅ ਫੇਵਰ ਰਾਈਟ ਤੁਸੀਂ ਪੇਰੈਂਟ ਆ ਪੇਰੈਂਟ ਹੋਣ ਦੇ ਨਾਤੇ ਮੈਂ ਫਰਜ਼ ਕਹਿ ਕੇ ਨਹੀਂ ਕਹੂੰਗੀ ਕਿ ਤੁਸੀਂ ਪੂਰਾ ਕਰਨਾ ਸੀ ਇਟ ਵਾਜ਼ ਅ ਕੌਨਸ਼ੀਅਸ ਚੋਇਸ ਤੁਹਾਨੂੰ ਕਿਸੇ ਨੇ ਜ਼ਬਰਦਸਤੀ ਨਹੀਂ ਕੀਤੀ ਸੀ ਤੁਸੀਂ ਇਨਵੈਸਟ ਕਰੋ ਯੂ ਵਾਂਟਿਡ ਟੂ ਡੂ ਇਟ ਹੈ ਨਾ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਸੀ ਆਪਣੇ ਬੱਚਿਆਂ ਵਿਚ ਇਜ਼ ਬਿਊਟੀਫੁਲ ਹਰ ਪੇਰੈਂਟਸ ਨੂੰ ਆਪਣੇ ਬੱਚਿਆਂ 'ਚ ਇਨਵੈਸਟ ਕਰਨਾ ਚਾਹੀਦਾ ਹੈ ਉੱਥੋਂ ਬੱਚਿਆਂ ਦੀ ਗਰੋਥ ਹੁੰਦੀ ਹੈ ਅਤੇ ਤੁਸੀਂ ਉਹਦੇ ਰਿਟਰਨ 'ਚ ਤੁਸੀਂ ਐਕਸਪੈਕਟ ਕਰੋ ਕਿ ਬੱਚੇ ਆਪਣਾ ਸਾਰਾ ਕੁਝ ਡੰਪ ਕਰਕੇ ਅਤੇ ਤੁਹਾਨੂੰ ਸੁਣਨ ਪ੍ਰਾਇਓਰਟਾਈਜ਼ ਅਨਲੈਸ ਇਟਸ ਅ ਕੇਸ ਆਫ ਐਨ ਐਮਰਜੈਂਸੀ ਐਂਡ ਆਈ ਐਮ ਸ਼ੋਰ ਇਫ ਇਟ ਵਾਜ਼ ਦੇ ਵਿਲ ਡੰਪ ਦੇਅਰ ਸਕੈਜੂਲ ਐਂਡ ਦੇ ਵਿਲ ਕਮ ਐਂਡ ਅਟੈਂਡ ਟੂ ਯੂ ਪਰ ਤੁਸੀਂ ਕਹੋ ਕਿ ਮੈਨੂੰ ਹੀ ਪਹਿਲਾਂ ਰੱਖਣ ਇਹ ਤਾਂ ਵੱਡੇ ਬਜ਼ੁਰਗਾਂ ਦੀ ਸੈਲਫਿਸ਼ਨੈਸ ਹੈ ਇੱਕ ਲੈਵਲ ਤੱਕ ਮੈਨੂੰ ਲੱਗਦਾ ਅਤੇ ਜੇ ਅਸੀਂ ਪਹਿਲਾਂ ਜਿੱਦਾਂ ਗੱਲ ਕਰਦੇ ਸੀ ਕਿ ਐਸ ਲੌਂਗ ਐਸ ਵੀ ਕੈਨ ਯੂ ਨੋ ਅਗਰੀ ਟੂ ਡਿਸਐਗਰੀ ਜਦੋਂ ਤੁਹਾਡੇ ਬੱਚੇ ਵੱਡੇ ਹੋਣਗੇ ਇਹ ਤੁਹਾਡਾ ਖਿਆਲ ਸੇਮ ਰਹਿਣਗੇ ਤੁਹਾਡਾ ਕੀ ਖਿਆਲ ਸੇਮ ਦਾ ਮਤਲਬ ਸਰ ਕਿ ਜਦੋਂ ਤੁਸੀਂ ਅੱਜ ਹੁਣ ਸੋਚਦੇ ਹੋ ਨਹੀਂ ਸਰ ਜ਼ਰੂਰੀ ਨਹੀਂ ਕਿ ਜੋ ਮੈਂ ਐਕਸਪੈਕਟ ਕਰਦੀ ਹਾਂ ਬੱਚੇ ਮੇਰੀਆਂ ਐਕਸਪੈਕਟੇਸ਼ਨਸ ਪੂਰੀਆਂ ਕਰਨ ਜ਼ਰੂਰੀ ਫਾਈਂਡ ਆਊਟ ਦ ਜਨਰੇਸ਼ਨ ਗੈਪ ਬਟ ਇਟ ਡਸ ਨਾਟ ਮੈਟਰ ਇਟ ਡਸ ਨਾਟ ਮੈਟਰ ਦ ਆਈ ਨੀਡ ਟੂ ਪ੍ਰਿਪੇਅਰ ਮਾਈਸੈਲਫ ਟੂ ਐਕਸੈਪਟ ਵਟ ਐਵਰ ਦੇ ਬਿਕਮ ਹਾਊ ਐਵਰ ਦੇ ਵਾਂਟ ਟੂ ਲਿਵ ਅਤੇ ਮੈਂ ਉਹਨਾਂ ਤੋਂ ਇਹ ਉਮੀਦ ਕਰਾਂ ਕਿ ਉਹ ਆਪਣੀ ਲਾਈਫ 'ਚ ਮੈਨੂੰ ਪ੍ਰਾਇਓਰਟਾਈਜ਼ ਮਿਸਟਰ ਮੰਗਟ ਡੂ ਆਈ ਐਗਜ਼ੈਜਰੇਟ ਦ ਨਹੀਂ ਜੀ ਦੇਖੋ ਫੀਲਿੰਗ ਤੁਹਾਡੀ ਤੁਹਾਡੀ ਹੈ ਹੁਣ ਐਜ਼ ਏ ਫਾਦਰ ਮਾਈਸੈਲਫ ਐਂਡ ਏ ਗ੍ਰੈਂਡ ਫਾਦਰ ਐਜ਼ ਵੈਲ ਆਈ ਥਿੰਕ ਜਿਹੜੀ ਫੀਲਿੰਗ ਹੈਗੀ ਆ ਵੀ ਪ੍ਰੋਬੇਬਲੀ ਬੱਚੇ ਸਾਡੀ ਗੱਲ ਨਹੀਂ ਕਈ ਵਾਰੀ ਸੁਣਦੇ ਜਾਂ ਸਾਡੇ ਸ਼ੈਡਿਊਲ 'ਚ ਜਾਂ ਸਕੈਡਿਊਲ 'ਚ ਕਈ ਵਾਰੀ ਫਿੱਟ ਨਹੀਂ ਹੁੰਦੇ ਉਹ ਤੁਹਾਨੂੰ ਫਰਸਟ੍ਰੇਸ਼ਨ ਮੈਂ ਕਹਾਂਗਾ ਵੀ ਹੁੰਦੀ ਆ ਮਗਰ ਦੈਟ ਡਜ਼ ਨੋਟ ਮੀਨ ਵੀ ਉਹਨਾਂ ਦਾ ਕੋਈ ਸੈਲਫਿਸ਼ ਜਾਂ ਕਿੱਦਾਂ ਵੀ ਹੈਗਾ ਦੈਟਸ ਦੇ ਵੇ ਆਫ ਲਾਈਫ ਕਮਿੰਗ ਬੈਕ ਟੂ ਹਾਂਜੀ ਜਨਰੇਸ਼ਨ ਗੈਪ ਦੇਖੋ ਜਨਰੇਸ਼ਨ ਆਪਾਂ ਪਹਿਲਾਂ ਗੱਲ ਕੀਤੀ ਵੈਲਿਊ ਸਿਸਟਮਸ ਹੁੰਦੇ ਨੇ ਹਰੇਕ ਦੇ ਫੈਮਲੀਜ਼ ਦੇ ਜਨਰੇਸ਼ਨ ਦੇ ਵੀ ਵੈਲਿਊ ਸਿਸਟਮ ਹੁੰਦੇ ਨੇ ਫਿਰ ਵਿਦ ਇਨ ਦੈਟ ਜਿਹੜਾ ਮੈਂਟਲ ਫਰੇਮਵਰਕ ਆ ਤੁਹਾਡਾ ਥਿੰਕਿੰਗ ਪ੍ਰੋਸੈਸ ਆ ਉਹ ਵੇਰੀ ਕਰਦਾ ਹਮੇਸ਼ਾ ਆਪਾਂ ਤਾਂ ਜਨਰੇਸ਼ਨ ਗੈਪ ਦੀ ਗੱਲ ਕਰਦੇ ਹਾਂ ਇਸ ਵੇਲੇ ਜਿਹੜੀ ਟੈਕਨੋਲੋਜੀਕਲ ਐਡਵਾਂਸਮੈਂਟ ਜਾਂ ਜਨਰਲ ਮੂਵਮੈਂਟ ਆ ਸੋਸਾਇਟੀ ਦੀ ਇੰਨੀ ਫਾਸਟ ਹੈ ਡਿਵੈਲਪਮੈਂਟ ਆਫ ਦਿਸ ਇੰਨੀ ਫਾਸਟ ਹੈ ਇੱਕ ਦੋ ਤੁਹਾਡੇ ਘਰ 'ਚ ਬੱਚੇ ਨੇ ਉਹਨਾਂ ਦਾ ਦੋ ਤਿੰਨ ਚਾਰ ਸਾਲ ਦਾ ਫਰਕ ਹੈ ਉਹਨਾਂ ਦਾ ਜਿਹੜਾ ਥਿੰਕਿੰਗ ਪ੍ਰੋਸੈਸ ਆ ਉਹਦੇ ਵਿੱਚ ਬੜਾ ਫਰਕ ਆ ਸੋ ਵਿਦ ਇਨ ਯੋਰ ਓਨ ਸੋ ਪੇਰੈਂਟਿੰਗ ਜਿਹੜੀ ਹੈਗੀ ਹੈ ਉਹ ਬੜੀ ਚੈਲੇਂਜਿੰਗ ਹੋ ਜਾਂਦੀ ਹੈ ਠੀਕ ਨਹੀਂ ਅਤੇ ਜਿਹੜੀ ਫਿਰ ਜਨਰਲ ਜਿਹੜੀ ਆਪਾਂ ਫਿਰ ਗੈਪ ਹੁੰਦਾ ਉਹਨਾਂ ਦਾ ਥਿੰਕਿੰਗ ਪ੍ਰੋਸੈਸ ਦਾ ਟੂ ਅੰਡਰਸਟੈਂਡ ਐਵਰੀਥਿੰਗ ਇਜ਼ ਨੋਟ ਆਲਵੇਜ਼ ਈਜ਼ੀ ਮਗਰ ਜਦੋਂ ਤੁਸੀਂ ਐਂਡ ਯੂ ਕੈਨ ਨੋਟ ਸਟੋਪ ਦੈਟ ਅਤੇ ਇਹ ਨਹੀਂ ਵੀ ਹੁਣ ਹੋ ਰਿਹਾ ਇਹ ਪਹਿਲਾਂ ਵੀ ਹੁੰਦਾ ਰਿਹਾ ਮਗਰ ਆਪਾਂ ਜਿਹੜੇ ਹੁਣ ਫੇਸ ਕਰ ਰਹੇ ਹਾਂ ਆਈ ਥਿੰਕ ਉਹਦਾ ਜਿਹੜਾ ਹੈਗਾ ਵੀ ਕਾਫੀ ਜ਼ਿਆਦਾ ਪੇਸ 'ਤੇ ਹੈ ਉਹਦਾ ਰੀਜ਼ਨ ਹੈ ਬਿਕੋਜ਼ ਜਿਹੜੀ ਸਾਡੀ ਥਿੰਕਿੰਗ ਪ੍ਰੋਸੈਸਿਸ ਸੀਗੀਆਂ ਉਹ ਡਿਫਰੈਂਟ ਸੀਗੀਆਂ ਅਤੇ ਆਪਾਂ ਹੁਣ ਇਸ ਸੋਸਾਇਟੀ ਇਸ ਡਿਫਰੈਂਟ ਕੰਟਰੀ ਦੇ ਵਿੱਚ ਉਹ ਜਿਹੜੀ ਜਨਰੇਸ਼ਨ ਗੈਪ ਔਰ ਟੇਕ ਪਲੇ ਇਸ ਟੇਕਿੰਗ ਪਲੇਸ ਉਸ 'ਤੇ ਜਿਹੜੇ ਫਿਰ ਐਡਿਡ ਇੰਪਲੀਕੇਸ਼ਨਸ ਨੇ ਉਹਦੇ ਜਿੱਦਾਂ ਕਿ ਤੁਸੀਂ ਹੁਣ ਕਿਹਾ ਵੀ ਜਿਹੜੇ ਸੈਲਫਿਸ਼ ਹੈਗਾ ਅਤੇ ਉਹ ਜਿਹੜੀ ਚੀਜ਼ ਆ ਬੱਚਿਆਂ ਦੀਆਂ ਜਿਹੜੀਆਂ ਚੈਲੇਂਜਸ ਨੇ ਦੇ ਆਰ ਫਿਟਿੰਗ ਇਨ ਟੂ ਅ ਨਿਊ ਸਿਸਟਮ ਵੀ ਆਰ ਫਿਟਿੰਗ ਇਨ ਟੂ ਅ ਨਿਊ ਸਿਸਟਮ ਦੇ ਆਰ ਅਡੋਪਟਿੰਗ ਐਂਡ ਟੇਕਿੰਗ ਸੋ ਮੈਨੀ ਥਿੰਗਸ ਫਰੋਮ ਦੀ ਨਿਊ ਇਨਵਾਇਰਮੈਂਟ ਦੇ ਆਰ ਇਨ ਠੀਕ ਨਹੀਂ ਕਈ ਵਾਰੀ ਅਸੀਂ ਵੀ ਕਰਦੇ ਹਾਂ ਬਟ ਵੀ ਆਰ ਸਲੋ ਸਾਡੀ ਐਕਸਪੈਕਟੇਸ਼ਨ ਡਿਫਰੈਂਟ ਜਿੱਦਾਂ ਆਪਾਂ ਗੱਲਾਂ ਕਰ ਚੁੱਕੇ ਅਰੇਂਜ ਮੈਰਿਜਿਸ ਦੀਆਂ ਜਾਂ ਜੁਆਇੰਟ ਫੈਮਿਲੀ ਸਿਸਟਮ ਜੇ ਤੂੰ ਜਿਹੜੀ ਗੱਲ ਕੀਤੀ ਸੀ ਵੀ ਜੇ ਚਾਰ ਬੱਚੇ ਹੈਗੇ ਉਹਨਾਂ ਦੇ ਸਿੰਗਿੰਗ ਪ੍ਰੋਸੈਸ ਡਿਫਰੈਂਟ ਆ ਯੂ ਆਰ ਸਿਟਿੰਗ ਇਨ ਵਨ ਸਿਟਿੰਗ ਰੂਮ ਦੇ ਇਜ਼ ਅ ਕਲੈਸ਼ ਆਫ ਓਪੀਨੀਅਨਸ ਐਂਡ ਦੇਰ ਇਜ਼ ਨੋਟ ਅ ਡਿਸਕਸ਼ਨ ਦੇ ਇਜ਼ ਅ ਕੰਟਰਡਿਕਸ਼ਨ ਆਫ ਆਈਡੀਆਜ਼ ਠੀਕ ਨਹੀਂ ਦੈਟ ਨੀਡਸ ਟੂ ਫਰਸਟ੍ਰੇਸ਼ਨਸ ਐਂਡ ਡਿਸਅਪੋਇੰਟਮੈਂਟਸ ਐਂਡ ਸੋਰਟ ਆਫ ਇਨ ਅ ਵੇ ਯੂ ਕੈਨ ਆਲਸੋ ਸੇ ਐਨੀਮੋਸਟੀ ਅਤੇ ਫਿਰ ਜਿਹੜਾ ਇਕੱਠਾ ਰਹਿਣਾ ਉਹ ਬੜਾ ਔਖਾ ਹੈਗਾ ਫਿਰ ਮੈਂ ਇੱਕ ਹੋਰ ਗੱਲ ਪੜ੍ਹ ਰਿਹਾ ਸੀਗਾ ਕਿਹੜੇ ਮਦਰ ਇਨ ਲੋ ਜਿਹੜਾ ਆਪਾਂ ਸਭ ਨੂੰ ਪਤਾ ਹੈਗਾ ਵੀ ਉਹਨਾਂ ਦੀਆਂ ਐਕਸਪੈਕਟੇਸ਼ਨਸ ਕੀ ਨੇ ਜੇ ਇੱਕ ਪੇਰੈਂਟ 'ਤੇ ਚੱਲਦੇ ਐਕਸਪੈਕਟੇਸ਼ਨਸ ਡਿਫਰੈਂਟ ਨੇ ਜਦੋਂ ਤੁਸੀਂ ਟੋਟਲੀ ਟੂ ਡਿਫਰੈਂਟ ਹਿਊਮਨ ਬੀਇੰਗਸ ਨੇ ਡਿਫਰੈਂਟ ਇਨਵਾਇਰਮੈਂਟ ਤਾਂ ਉਹਨਾਂ ਦੀਆਂ ਟੂ ਡਿਫਰੈਂਟ ਐਕਸਪੈਕਟੇਸ਼ਨਸ ਨੇ ਹਾਊ ਡੂ ਯੂ ਕੰਪਰੋਮਾਈਜ਼ ਦੋਜ਼ ਸੋ ਉਹ ਜਿਹੜੇ ਕੌਨਫਲਿਕਟਸ ਨੇ ਨਾ
ਉਹ ਕ੍ਰੀਏਟ ਹੋ ਜਾਂਦੇ ਨੇ ਨਾਲ ਐਂਡ ਉਸ ਦ ਮੇਨ ਥਿੰਗ ਇਜ਼ ਹਾਊ ਡੂ ਵੀ ਡੀਲ ਵਿਦ ਦੋਸ ਕੰਫਲਿਕਟਸ ਇਹ ਵੱਡੀ ਗੱਲ ਆ ਆਪਣੇ ਜਗਦੀਸ਼ ਸਿੰਘ ਜਿਹੜੀ ਗੱਲ ਇਹ ਕਰ ਰਹੇ ਨਾ ਕੰਪੈਟੀਟਿਵ ਜਿਹੜਾ ਕੰਪੈਟੀਟਿਵ ਵਰਲਡ ਹੈਗਾ ਜਿੱਥੇ ਸਮਾਰਟਫੋਨ ਕਲਚਰ ਕਹਿ ਲਓ ਜੀ ਇਹਨੂੰ ਚੰਗੀ ਤਰ੍ਹਾਂ ਹੈ ਨਾ ਵੀ ਯੂ ਹੈਵ ਟੂ ਅਪਡੇਟ ਯੂਅਰ ਸੈਲਫ ਐਵਰੀ ਮਿੰਟ ਐਵਰੀ ਸੈਕਿੰਡ ਅੱਗੇ ਅੱਗੇ ਹੋਰ ਅੱਗੇ ਬੰਦਾ ਤਾਂ ਖਤਮ ਹੈ ਜੀ ਫਿਰ ਇਹ ਬਿਲਕੁਲ ਜਿਹੜਾ ਇਸ਼ਾਰਾ ਤੁਸੀਂ ਕਰ ਰਹੇ ਹੋ ਤਾਂ ਜਿਹੜਾ ਸਵਾਲ ਤੁਸੀਂ ਪੁੱਛਿਆ ਸੀ ਕਿ ਅਗਲੀਆਂ ਪੀੜ੍ਹੀਆਂ ਸਾਡੇ ਵਾਸਤੇ ਕੋਈ ਟਾਈਮ ਕੱਢ ਰਹੀਆਂ ਕਿ ਨਹੀਂ ਜਾਂ ਸਮਾਂ ਕੱਢ ਸਕਦੀਆਂ ਜਾਂ ਨਹੀਂ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੀ ਜਿਹੜੇ ਸਵਾਲ ਦਾ ਰੂਹ ਹੈ ਉਹਦੇ ਨਾਲ ਮੈਂ ਸਹਿਮਤ ਹਾਂ ਕਿ ਅਸੀਂ ਅਗਰ ਰੋਬੋਟ ਬਣ ਗਏ ਇੱਕ ਕੰਜ਼ੂਮਰ ਰੋਬੋਟ ਮੇਰਾ ਟਾਈਮ ਮੇਰਾ ਕੰਮ ਮੇਰੀ ਰੂਟੀਨ ਉਹ ਇਨਸਾਨ ਮੈਂ ਕਾਫੀ ਬੁਰਾ ਸੋਚੂੰਗਾ ਉਹਦੇ ਬਾਰੇ ਕਿ ਤੂੰ ਥੋੜ੍ਹੀ ਜਿਹੀ ਫਲੈਕਸੀਬਿਲਿਟੀ ਨਹੀਂ ਕੱਢ ਸਕਦਾ ਅਗਰ ਤੇਰੇ ਵਿੱਚ ਕੋਈ ਨਿੱਘਾ ਪਿਆਰ ਹੈ ਤਾਂ ਅੱਜ ਦਾ ਜਿਹੜਾ ਸਕੇਜੂਲ ਹੈ ਤੂੰ ਉਹਨੂੰ ਮਾੜਾ ਮੋਟਾ ਬਦਲ ਵੀ ਸਕਦਾ ਜਾਂ ਤੈਨੂੰ ਲੋੜ ਮਹਿਸੂਸ ਹੋਵੇ ਬਿਨਾਂ ਸਾਡੇ ਕਹਿਣ ਤੋਂ ਤੂੰ ਸਮਾਂ ਕੱਢ ਕੇ ਘੰਟਾ ਆ ਕੇ ਘਰ ਮਾਪੇ ਕੋਲ ਬਹਿ ਕੇ ਚਾਹ ਪਾਣੀ ਪੀ ਲਾ ਸਾਡੇ ਨਾਲ ਕੋਈ ਸਾਂਝ ਕਰ ਲਾ ਸਾਡੇ ਨਾਲ ਮਾਪੇ ਹਰੇਕ ਸੋਚਦਾ ਹੈ ਹਾਂ ਮਾਪੇ ਗਲਤੀਆਂ ਵੀ ਕਰਦੇ ਆ ਪਰ ਜਿਵੇਂ ਤੁਸੀਂ ਕਿਹਾ ਮਾਪਿਆਂ ਨੇ ਬਹੁਤ ਚੰਗਿਆਈਆਂ ਵੀ ਕੀਤੀਆਂ ਸਾਡੇ ਲਈ ਕੁਰਬਾਨੀਆਂ ਵੀ ਬੇਹੱਦ ਕੀਤੀਆਂ ਕਈ ਵਾਰੀ ਅੰਨੇ ਵਾਹ ਕੁਰਬਾਨੀਆਂ ਕਰ ਦਿੱਤੀਆਂ ਜਿਹੜਾ ਉਹਦਾ ਫੁੱਲ ਜਿਹੜਾ ਉਹ ਚਾਹੁੰਦੇ ਸੀ ਉਸ ਬੂਟੇ ਦਾ ਫੁੱਲ ਉਹ ਪੈਦਾ ਨਹੀਂ ਹੋਇਆ ਪਰ ਕੁਰਬਾਨੀਆਂ ਕਰ ਕਰਕੇ ਉਹਨੀ ਬੀਜਦੇ ਰਹੇ ਲੇਕਿਨ ਜੋ ਨਿਕਲਿਆ ਉਹ ਪੂਰਾ ਠੀਕ ਨਹੀਂ ਨਿਕਲਿਆ ਸੋ ਇਹ ਮੈਂ ਕਹੂੰਗਾ ਕਿ ਜਿਹੜੀ ਮੌਜੂਦਾ ਸਾਡੀ ਜਨਰੇਸ਼ਨਸ ਹੈਗੀਆਂ ਮੌਜੂਦਾ ਚੌਥੀ ਜਾਂ ਤੀਸਰੀ ਦੇ ਆਰ ਦ ਟੇਕ ਇਟ ਫੋਰ ਗਰਾਂਟਿਡ ਜਨਰੇਸ਼ਨ ਇਨ ਮਾਈ ਮਾਈਂਡ ਉਹਨਾਂ ਨੇ ਪੰਜਾਬਾਂ ਦੀਆਂ ਸੱਠਾਂ ਦੀਆਂ ਰੇਸਿਜ਼ਮ ਨਹੀਂ ਵੇਖੀਆਂ ਉਹ ਮੁਸ਼ਕਲਾਂ ਨਹੀਂ ਵੇਖੀਆਂ ਮੈਂ ਆਪ ਖੁਦ ਵੇਖੀਆਂ ਇੱਕ ਬੱਚਾ ਸੱਠਾਂ ਦੇ ਵਿੱਚ ਸਕੂਲ ਜਾਣਾ ਕਿਸਾ ਧਾਰੀ ਜਾਣਾ ਜੋ ਗੋਰੇ ਮੈਨੂੰ ਕਰਦੇ ਰਹੇ ਜੋ ਮੈਨੂੰ ਗਾਲਾਂ ਕੱਢਦੇ ਰਹੇ ਜੋ 80 ਦੇ ਵਿੱਚ ਜਾ ਕੇ ਮੇਰੇ 25 ਵਾਰ ਹਮਲੇ ਹੋਏ ਆ ਹਾਂਜੀ ਜੋ ਰੇਸਿਜ਼ਮ ਦਾ ਮੈਂ ਸਾਹਮਣਾ ਕੀਤਾ ਜੋ ਝੱਲਿਆ ਮੈਂ ਉਹ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਉਸ ਚੀਜ਼ਾਂ ਨੂੰ ਸਰ ਫਿਰ ਮੈਂ ਇਹ ਕਹੂੰਗੀ ਕਿ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਚੀਜ਼ ਨੂੰ ਮਹਿਸੂਸ ਨਹੀਂ ਕਰਦੀ ਤਾਂ ਤੁਸੀਂ ਉਹਨਾਂ ਤੋਂ ਇਹ ਕਿਉਂ ਐਕਸਪੈਕਟ ਕਰਦੇ ਹੋ ਕਿ ਉਹਨੂੰ ਮਹਿਸੂਸ ਕਰਕੇ ਉਹ ਤੁਹਾਡੇ ਨਾਲ ਐਮਪਥਾਈਜ਼ ਕਰਨ ਇਹ ਚੀਜ਼ 'ਤੇ ਉਹ ਤੁਹਾਡਾ ਟਾਈਮ ਸੀ ਨਹੀਂ ਨਾ ਠਹਿਰੋ ਇੱਕ ਮਿੰਟ ਵੇਖੋ ਤਾਂ ਜਿਹੜੀ ਮਿਹਨਤ ਸਾਡੇ ਮਾਪਿਆਂ ਨੇ ਕੀਤੀ ਤੁਸੀਂ ਕੀਤੀ ਫੈਕਟਰੀਆਂ 'ਚ ਪੂਰੇ ਹੋ ਕੇ ਸਵੇਰ ਨੂੰ ਜਾਣਾ ਰਾਤ ਆਉਣਾ ਥੱਕੇ ਥਕਾਈ ਹੋਣਾ ਉਹਨਾਂ ਦੀ ਮਿਹਨਤ ਉਹਨਾਂ ਦਾ ਪਸੀਨਾ ਉਹਨਾਂ ਦਾ ਸਾਰਾ ਕੁਰਬਾਨੀਆਂ ਉਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਹਾਂ ਗਲਤੀਆਂ ਵੀ ਉਹਨੇ ਕੀਤੀਆਂ ਵਿਚਾਰਿਆਂ ਨੇ ਲੇਕਿਨ ਕੁਰਬਾਨੀਆਂ ਵੀ ਬੜੀਆਂ ਕੀਤੀਆਂ ਅੱਜ ਦੀ ਜਨਰੇਸ਼ਨ ਡੈਡੀ ਮੈਨੂੰ BMW ਚਾਹੀਦੀ ਹੈ ਮੈਨੂੰ ਆਈਫੋਨ ਚਾਹੀਦਾ ਮੈਨੂੰ ਆਹ ਚਾਹੀਦਾ ਮੈਨੂੰ ਜੇ ਚਾਹੀਦਾ ਬੱਚਾ ਕਹਿ ਦੂ ਕਿ ਜੀ ਫਲਾਣੇ ਫਰੈਂਡ ਕੋਲ ਹੈਗਾ ਆਹ ਹੈਗਾ ਮੈਨੂੰ ਵੀ ਹੁਣੇ ਲੈ ਕੇ ਦਿਓ ਨਹੀਂ ਤਾਂ ਮੈਂ ਆਹ ਰੋਣਾ ਧੋਣਾ ਸ਼ੁਰੂ ਕਰ ਦੇਣਾ ਦੈਟ ਇਜ਼ ਦੀ ਟੇਕ ਇਟ ਫੋਰ ਗਰਾਂਟਿਡ ਜਨਰੇਸ਼ਨ ਜਿਹਨੇ ਦੁੱਖ ਤਾਂ ਕੁਰਬਾਨੀ ਨਹੀਂ ਮਹਿਸੂਸ ਕੀਤੀ ਐਂਡ ਉਹ ਮੈਂ ਉਹ ਜਨਰੇਸ਼ਨ 'ਤੇ ਉਂਗਲੀ ਇਹ ਕਰਾਂਗਾ ਸਟੋਪ ਇਨ ਯੋਰ ਟਰੈਕਸ ਸਟੋਪ ਪੌਜ਼ ਐਂਡ ਲੁੱਕ ਬੈਕ ਐਟ ਵਾਟ ਯੋਰ ਪੇਰੈਂਟਸ ਹੈਡ ਟੂ ਅੰਡਰਗੋ ਵਾਟ ਯੋਰ ਪ੍ਰੀਵੀਅਸ ਜਨਰੇਸ਼ਨ ਅੰਡਰਵੈਂਟ ਹਾਂ ਉਹ ਜਨਰੇਸ਼ਨ ਜਿਹੜੀਆਂ ਪਿਛਲੀਆਂ ਸਾਡੀਆਂ ਹਾਂ ਸਾਰਾ ਕੁਝ ਸਹੀ ਬਣਤਰ ਨਹੀਂ ਬਣਾਇਆ ਪਰ ਬਹੁਤ ਕੁਝ ਉਹਨੇ ਬਣਾਇਆ ਵੀ ਸਾਡੇ ਲਈ ਔਰ ਮੈਂ ਆਪਣੇ ਆਪ 'ਤੇ ਢੋਕਦਾ ਹਾਂ ਉਹ ਸਵਾਲ ਕਿ ਸਾਡੇ 'ਤੇ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਵੀ ਨਾ ਖਾਮਾ ਮਖੌਲ ਹੋ ਜਾਈਏ ਕਿ ਕੁਛ ਨਹੀਂ ਬਣਾਇਆ ਤਾਂ ਅਸੀਂ ਵੀ ਕੁਛ ਲਈ ਤੁਹਾਡੇ ਲਈ ਕਰਨਾ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਅਸੀਂ ਵੀ ਕੋ ਗਾਂ ਇਗਜ਼ਾਮਪਲ ਸੈੱਟ ਕਰੀਏ ਤੇ ਸਰ ਜੋ ਰੀਟੂ ਹੁਣਾਂ ਨੇ ਕਿਹਾ ਜੇ ਜਗਦੀਸ਼ ਸਿੰਘ ਇਹਨਾਂ ਦੋਹਾਂ ਦੇ ਵਿੱਚ ਹੀ ਸੱਚ ਕਾਫੀ ਹੈਗਾ ਪਹਿਲੀ ਗੱਲ ਇਹ ਵੀ ਜਨਰੇਸ਼ਨ ਟੂ ਜਨਰੇਸ਼ਨ ਇਹ ਹਮੇਸ਼ਾ ਸੋਚ ਰਹੀ ਵੀ ਪੁਰਾਣੀ ਜਨਰੇਸ਼ਨ ਨੇ ਆਹ ਕਰਤਾ ਨਵੀਂ ਜਨਰੇਸ਼ਨ ਆਹ ਨਹੀਂ ਕਰਦੀ ਪਰ ਜਿਹੜੀ ਜਨਰੇਸ਼ਨ ਜਿਸ ਵੇਲੇ ਜਿਸ ਸਪੇਸ ਅਤੇ ਟਾਈਮ ਦੇ ਸਮੇਂ ਦੇ ਵਿੱਚ ਹੈਗੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਉਸ ਵੇਲੇ ਹੁੰਦੀਆਂ ਚੈਲੰਜ ਵੱਖਰੇ ਹੁੰਦੇ ਆ ਉਹਨਾਂ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨਹੀਂ ਮੈਂ ਪ੍ਰਾਇਰਟੀ ਦੀ ਮੈਂ ਬੇਨਤੀ ਕਰਦਾ ਦੇਖੋ ਆਪਾਂ ਪ੍ਰਾਇਰਟੀਜ਼ ਹੁੰਦੀਆਂ ਜੀ ਪ੍ਰਾਇਰਟੀ ਅਸੀਂ ਪ੍ਰਾਇਰਟੀ ਦੇਵਾਂਗੇ ਤਾਂ ਗੱਲ ਬਣ ਜਾਣੀ ਬਿਲਕੁਲ ਦੇਖੋ ਜਿਹੜੀ ਤੁਸੀਂ ਬਜ਼ੁਰਗਾਂ ਦੀ ਗੱਲ ਕਰਦੇ ਹੋ ਨਾ ਵਰਲਡ ਵਾਈਡ ਇਹ ਫਿਨੋਮੀਨਾ ਹੈਗਾ ਵੀ ਜਿਹੜੀ ਦੁਨੀਆ ਦੀ ਸੋਸ਼ਲਾਈਜੇਸ਼ਨ ਆ ਉਹਦੇ ਜਿਹੜੇ ਪ੍ਰਾਇਮਰੀ ਰਿਲੇਸ਼ਨ ਹੈ ਨਾ ਉਹ ਬ੍ਰੇਕਡਾਊਨ ਹੋ ਰਹੇ ਆ ਇਹ ਆਪਾਂ ਨੂੰ ਪਤਾ ਸਾਰਾ ਇੱਥੇ ਨਹੀਂ ਵੈਸਟ ਦੇ ਵਿੱਚ ਨਹੀਂ ਮੈਂ ਚਾਈਨਾ ਦੇ ਵਿੱਚ 3 ਸਾਲ ਪਹਿਲਾਂ ਕਾਫੀ ਸਫ਼ਰ ਕਰਕੇ ਦੇਖਿਆ ਕਿ ਰੂਰਲ ਏਰੀਆਜ਼ ਦੇ ਵਿੱਚੋਂ ਇੰਨੀ ਮਾਸ ਮਾਈਗ੍ਰੇਸ਼ਨ ਹੋਈ ਹੋ ਆ ਪਿੱਛੇ ਪੇਰੈਂਟਸ ਨੂੰ ਕੋਈ ਸਾਹਮਣੇ ਵਾਲਾ ਹੈ ਨਹੀਂ ਈਵਨ ਛੋਟੇ ਬੱਚਿਆਂ ਨੂੰ ਸਾਹਮਣੇ ਵਾਲਾ ਹੈ ਨਹੀਂ ਕਿਉਂਕਿ ਜਿਹੜੇ ਪੇਰੈਂਟਸ ਵਰਕਿੰਗ ਏਜ ਦੇ ਆ ਉਹ ਚੱਲ ਗਏ ਮਤਲਬ ਬੀਜਿੰਗ ਚੱਲ ਗਏ ਐਕਸੀਅਨ ਚੱਲ ਗਏ ਸ਼ੰਘਾਈ ਚੱਲ ਗਏ ਵੱਡੇ ਇੱਦਾਂ ਮਤਲਬ ਇੰਡੀਆ ਦੇ ਵਿੱਚ ਹੋ ਰਿਹਾ ਤੁਸੀਂ ਉੱਥੇ ਦਿੱਲੀ ਦੇ ਵਿੱਚ ਟੈਕਸੀ ਡਰਾਈਵਰਾਂ ਗੱਲ ਕਰੋ ਉਹਨਾਂ ਦੇ ਵਿਚਾਰੇ ਪਰਿਵਾਰ ਸਿਆਣੇ ਕਿਤੇ ਝਾਰਖੰਡ ਦੇ ਵਿੱਚ ਆ ਅਤੇ ਉੱਥੇ ਦਿੱਲੀ ਟੈਕਸੀਆਂ ਪਾਉਂਦੇ ਹੈਗੇ ਜਾਂ ਕੰਮ ਕਰਦੇ ਇੱਥੇ ਆਪਾਂ ਲੋਕ ਛੱਡ ਕੇ ਸਭ ਕੋ ਆਏ ਹਾਂ ਅਤੇ ਇੱਥੇ ਆਪਣੀਆਂ ਜਨਰੇਸ਼ਨਾਂ ਵੀ ਇਵੇਂ ਹੋਇਆ ਜਿਹੜਾ ਪ੍ਰੋਸੈਸ ਆ ਉਹ ਲੈਵਲ ਵੱਖਰੋ ਵੱਖਰਾ ਹੈਗਾ
ਇਕਨੋਮਿਕ ਹਾਲਤਾਂ ਵੱਖਰੋ ਵੱਖਰੀਆਂ ਹੈਗੀਆਂ, ਸਹੂਲਤਾਂ ਵੱਖਰੋ ਵੱਖਰੀਆਂ, ਪਰ ਪ੍ਰੋਸੈਸ ਦੁਨੀਆਂ ਵਿੱਚ ਸਾਰਾ ਇਹੋ ਹੀ ਹੈਗਾ। ਭੰਨ ਤੋੜ ਕਾਫੀ ਹੋ ਰਹੀ ਹੈ, ਪਰ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਆਹ ਜਿਹੜਾ ਮੁਲਕ ਹੈ ਬੜਾ ਆਰਡਰਲੀ ਹੈਗਾ ਜੀ। ਇਹਦੇ ਵਿੱਚ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ, ਭਾਈਚਾਰਿਆਂ ਦੇ ਵਿੱਚ ਇੱਦਾਂ ਦੇ ਸਾਧਨ ਸੰਪਰਕ ਸਹੂਲਤਾਂ ਕਾਇਮ ਕਰ ਸਕਦੇ ਹੋ ਜਿਹਦੇ ਵਿੱਚ ਬੱਚੇ ਆਪਣੀ ਜ਼ਿੰਮੇਵਾਰੀ ਥੋੜ੍ਹੀ ਬਹੁਤ ਸੰਭਾਲਣ ਅਤੇ ਪੇਰੈਂਟਸ ਆਪਣਾ ਰੋਲ ਵੀ ਅਦਾ ਕਰਦੇ ਰਹਿਣ ਅਤੇ ਥੋੜ੍ਹੀ ਉਹ ਕੰਸੀਲੀਏਸ਼ਨ ਦੀ ਲੋੜ ਹੈ। ਦੇਖੋ ਜੀ, ਇਹ ਜਿਹੜੀ ਨਾ ਐਕਸਪੈਕਟੇਸ਼ਨਸ ਦੀ ਬੱਚਿਆਂ ਦੀ, ਅਤੇ ਬੱਚਿਆਂ ਦੀ ਐਕਸਪੈਕਟੇਸ਼ਨ ਤਾਂ ਜਦੋਂ ਅਸੀਂ ਬੱਚੇ ਸੀ ਸਾਡੀ ਵੀ ਐਕਸਪੈਕਟੇਸ਼ਨ ਸੀਗੀ, ਅਤੇ ਸਰਟਨ ਟਾਈਮਸ ਸੀਗੇ ਵੀ ਅਸੀਂ ਐਰੋਗੈਂਟਲੀ ਅਸੀਂ ਇਹ ਵੀ ਕਹਿੰਦੇ ਸੀ ਸਾਨੂੰ ਇਹ ਚੀਜ਼ ਜ਼ਰੂਰ ਚਾਹੀਦੀ ਹੈ, ਐਂਡ ਕਈ ਵਾਰੀ ਲੈ ਕੇ ਹੀ ਹਟਦੇ ਸੀਗੇ। ਮੈਂ ਸੱਚੀ ਗੱਲਾਂ ਕਰਦਾ, ਮੇਰੀ ਮਿਸਾਲ ਦਾ ਸਾਡੇ ਘਰ 'ਚ ਵੀ ਜਿਹੜੀ ਕਹਿੰਦੇ ਸੀ ਲੈ ਕੇ ਹਟਦਾ ਸੀਗਾ। ਸੋ ਦਾ ਥਿੰਗ ਇਜ਼, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਮਗਰ ਜਿਹੜੀ ਉਸ ਟਾਈਮ ਦੇ ਮੁਤਾਬਕ ਜਿਹੜਾ ਬੱਚਾ ਵਾ, ਬੱਚੇ ਨੇ ਪੇਰੈਂਟਸ ਨੂੰ ਹਮੇਸ਼ਾ ਕਹਿਣਾ ਜਿਹੜੀ ਉਹਨੇ ਚੀਜ਼ ਨਵੀਂ ਦੇਖਣੀ ਆ ਜਾਂ ਫਰੈਂਡਸ ਪਹਿਨ ਰਹੇ ਨੇ ਜਾਂ ਯੂਜ਼ ਕਰ ਰਹੇ ਨੇ ਉੱਦਾਂ ਦੀ ਚੀਜ਼ ਮੈਨੂੰ ਵੀ ਚਾਹੀਦੀ ਆ। ਉਹ ਜਿਹੜੀ ਸੈਲਫ ਸਟੀਮ ਫਿਰ ਬਿਲਡ ਹੁੰਦੀ ਆ ਜਾਂ ਐਕਸੈਪਟੈਂਸ ਵਿਨ ਇਨ ਦੀ ਪੀਅਰ ਗਰੁੱਪ ਚੀਜ਼ ਹੁੰਦੀ ਆ, ਉਹ ਚੀਜ਼ ਹੁੰਦੀ ਆ, ਐਂਡ ਉਹ ਚੀਜ਼ਾਂ ਮੇਰੇ ਖਿਆਲ ਦੇ ਮੁਤਾਬਕ ਰਹੀਆਂ ਨੇ, ਮਗਰ ਉਹਦੇ ਨੇ ਇੰਟੈਂਸਿਟੀ ਮੇ ਵੇਰੀ। ਹੁਣ ਜਿਹੜੀ ਹੈਗੀ ਆ ਜਿਹੜੀ ਪੇਰੈਂਟ ਜਿਹੜੇ ਬੱਚੇ ਨੇ ਜਿਹੜੇ ਆਪਣੇ, ਉਹਨਾਂ ਦੀ ਇੱਕ ਐਕਸਲਰੇਟਿਡ ਜਨਰੇਸ਼ਨ ਗੈਪ ਹੈਗੀ ਆ, ਬਿਕੋਜ਼ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਉਹ ਜਿਹੜੀ ਹੈਗੀ ਆ, ਐਂਡ ਐਕਸਪੈਕਟੇਸ਼ਨਸ ਵੀ ਉਹਨਾਂ ਦੀਆਂ ਬਹੁਤ ਨੇ, ਇਸ 'ਚ ਕੋਈ ਸ਼ੱਕ ਨਹੀਂ ਹੈਗੀ। ਮਗਰ ਦਾ ਥਿੰਗ ਇਜ਼, ਦੇ ਹੈਵ ਬਿਨ ਬਰੋਟ ਅਪ ਇਨ ਏ ਟੋਟਲੀ ਡਿਫਰੈਂਟ ਸੋਰਟ ਆਫ ਸੈਟਅਪ। ਮਗਰ ਜੇ ਉਹ, ਮੈਂ ਨਹੀਂ ਐਕਸੈਪਟ ਕਰਦਾ, ਹੁਣ ਅਸੀਂ ਵੀ ਹਾਰਡਸ਼ਿਪਸ ਇਸ ਕੰਟਰੀ ਜਾ ਕੇ ਦੇਖੀਆਂ ਨੇ, ਅਤੇ ਮਗਰ ਯੂ ਦੀ ਚਿਲਡਰਨ ਆਰ ਪਾਰਟ ਆਫ ਦੈਟ ਹਾਰਡਸ਼ਿਪ। ਜੋ ਤੁਹਾਡੀ ਫੈਮਿਲੀ ਇਜ਼ ਗਰੋਇੰਗ ਅਪ, ਯੂ ਨੋ ਦੇ ਐਕਸਪੀਰੀਅੰਸ ਦੈਟ ਐਜ਼ ਵੈਲ, ਯੂ ਮੇ ਨੋਟ ਟੈਲ ਦੈਮ ਬਟ ਦੇ ਕੈਨ ਸੇ ਇਟ। ਪਰ ਜਦੋਂ ਸਿਆਣੇ ਹੁੰਦੇ ਨੇ ਫਿਰ ਤੁਸੀਂ ਓਪਨਲੀ ਡਿਸਕਸ ਵੀ ਕਰਦੇ ਹੋ, ਇਹ ਤਾਂ ਨਹੀਂ ਵੀ ਦੇ ਆਰ ਏਲੀਅਨਸ, ਠੀਕ ਨਹੀਂ, ਵੀ ਉਹਨਾਂ ਨੂੰ ਤੁਸੀਂ ਕੋਈ ਗੱਲ ਨਹੀਂ ਕਰਨੀ। ਯੂ ਟਾਕ ਅਬਾਊਟ ਫੈਮਿਲੀ ਮੈਟਰਸ, ਦੈਟਸ ਵਟ ਵੀ ਵਰ, ਦੈਟਸ ਵਟ ਵੀ ਡਿਡ, ਦੈਟਸ ਵਟ ਯੂ ਵਾਂਟਡ, ਐਂਡ ਵੀ ਗੇਵ ਟੂ ਯੂ, ਵੀ ਡਿਡਨਟ ਗਿਵ ਇਟ ਟੂ ਯੂ, ਯੂ ਨੋ ਫਿਰ ਉਹ ਤੁਹਾਡੇ ਲਿਮਿਟੇਸ਼ਨ ਵੀ ਦੱਸਦੇ ਨੇ। ਸੋ ਦੇ ਆਰ ਪਾਰਟ ਆਫ ਦੈਟ, ਪਾਰਟ ਆਫ ਦੈਟ ਫੈਮਿਲੀ, ਐਂਡ ਦੇ ਨੋ ਵਟ ਦੀ ਐਕਸਪੈਕਟੇਸ਼ਨਸ ਆਫ ਦੈਟ ਫੈਮਿਲੀ ਆਰ। ਮਗਰ ਜਿਹੜਾ ਫਿਰ ਬੱਚੇ ਹੁੰਦੇ ਨੇ, ਫਿਰ ਅੱਗੇ ਵਿਆਹ ਹੁੰਦੇ ਨੇ, ਉਹਨਾਂ ਦੀਆਂ ਐਕਸਪੈਕਟੇਸ਼ਨਸ ਨੇ, ਜਿਹੜੀਆਂ ਮਿਸਿਸ ਨੇ ਉਹਨਾਂ ਦੀਆਂ, ਉਹਨਾਂ ਦੇ ਜਿਹੜੇ ਪਾਰਟਨਰਸ ਉਹਨਾਂ ਦੀਆਂ ਐਕਸਪੈਕਟੇਸ਼ਨਸ ਨੇ, ਸੋ ਦੇ ਗੋ ਟੂ ਕੰਪਰੋਮਾਈਜ਼ ਦੇ ਆਰ ਐਜ਼ ਵੈਲ। ਸੋ ਸਾਨੂੰ ਐਜ਼ ਅ ਪੇਰੈਂਟਸ ਨੂੰ ਜਿਹੜਾ ਸਾਡਾ ਰੋਲ ਆ, ਇਟਸ ਆਲਵੇਜ਼ ਅ ਵੈਰੀ ਚੈਲੇਂਜਿੰਗ ਰੋਲ, ਐਂਡ ਵੀ ਗੋ ਟੂ ਐਡੋਪਟ ਐਜ਼ ਵੈਲ। ਇਹ ਨਹੀਂ ਵੀ ਸਾਡੇ ਬੱਚੇ ਹੀ ਅਡਾਪਟ ਕਰਨ, ਹਮੇਸ਼ਾ ਡਿਫੀਕਲਟੀਜ਼ ਆਉਣਗੀਆਂ, ਚੈਲੇਂਜਸ ਬਣੀਆਂ ਹੋਣਗੀਆਂ, ਮਗਰ ਜੇ ਤੁਹਾਨੂੰ ਹਾਰਮੋਨੀਅਸ ਰਿਲੇਸ਼ਨਸ਼ਿਪ ਚਾਹੀਦੇ ਨੇ, ਯੂ ਗਿਵ ਇਨ ਸਮਟਾਈਮਸ ਐਂਡ ਚਿਲਡਰਨ ਡੂ ਅੰਡਰਸਟੈਂਡ ਐਂਡ ਦੇ ਵਿਲ ਗਿਵ ਇਨ ਸਮਟਾਈਮਸ। ਸਾਡੇ ਜਿਹੜੇ ਅਕੈਡਮਿਕ ਹੈਗੇ, ਜਿੰਨੇ ਤਾਂ ਸਾਰੇ ਅਕੈਡਮਿਕ ਹੀ ਆ, ਸਾਡੇ ਸਕੂਲ ਕਾਲਜ ਯੂਨੀਸ ਹੈਗੀਆਂ, ਜਾਂ ਜਿਹੜੀ ਇਹ ਰਿਲੇਸ਼ਨਸ਼ਿਪ ਬਿਲਡਿੰਗ ਹੈ ਹੀ ਨਹੀਂ ਖਤਮ, ਹੈ ਕੋਈ ਹੈ ਨਹੀਂ ਐਜੂਕੇਸ਼ਨ? ਨਹੀਂ ਸਰ, ਹੈਗੀ ਆ, ਬਟ ਵੀ ਫੋਕਸ ਕੁਆਇਟ ਅ ਲੋਟ ਔਨ ਰਿਲੇਸ਼ਨਸ਼ਿਪ ਬਿਲਡਿੰਗ। ਦ ਬੀਪੀਐਸਐਚਈ ਇਜ਼ ਬਿਗ ਥਿੰਗ ਦੀਸ ਡੇਜ਼, ਬਹੁਤ ਕੁਛ ਸੋਸ਼ਲ ਸਟਰਕਚਰਸ ਆਪਾਂ ਡਿਸਕਸ ਕਰਦੇ ਹਾਂ, ਫੈਮਿਲੀ ਸਟਰਕਚਰਸ ਡਿਸਕਸ ਕਰਦੇ ਹਾਂ, ਰਿਸਪੈਕਟ, ਹਾਊ ਟੂ ਲੁੱਕ ਆਫਟਰ, ਯੂ ਨੋ, ਵਾਚ ਆਊਟ ਫੋਰ ਈਚ ਅਦਰਸ ਫੀਲਿੰਗਸ। ਪਰ ਸਰ ਮੈਂ ਇਹ ਵੀ ਪੁਆਇੰਟ ਰੇਜ਼ ਕਰਨਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਆਪਣੇ ਬੱਚਿਆਂ 'ਚ ਆਪਣਾ ਟਾਈਮ, ਆਪਣਾ ਪੈਸਾ, ਆਪਣੀ ਐਨਰਜੀ ਇਨਵੈਸਟ ਕਰਦੇ ਹਾਂ, ਵੀ ਬ੍ਰਿੰਗ ਇਨ ਦ ਪਬ, ਅਤੇ ਅਸੀਂ ਐਜ਼ ਆਈ ਸੈਡ ਅਰਲੀ, ਅਸੀਂ ਕੌਨਸ਼ੀਅਸ ਚੋਇਸ ਬਣਾਈ ਆ ਕਿ ਮੈਂ ਆਪਣੇ ਬੱਚੇ ਨੂੰ ਇੱਦਾਂ ਪਾਲਣਾ ਆ, ਤੇ ਅਸੀਂ 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 ਵੀ ਆਪਣੀ ਐਕਸਪੈਕਟੇਸ਼ਨਸ ਥੋੜੀਆਂ ਰਿਲੈਕਸ ਕਰੀਏ, ਜਿਹੜੀ ਨਹੀਂ ਸਰ ਨੈਚੁਰਲ, ਐਂਡ ਵੀ ਆਰ ਡਿਪੈਂਡੈਂਟ। ਜਿੱਦਾਂ ਇੱਕ ਸੁਖਨੀ ਸਾਹਿਬ ਦੀ ਪੰਕਤੀ ਆ, ਉਹ ਕਹਿੰਦੇ ਤੈਨੂੰ ਹੋਰ ਬਹੁਤ ਕੁਛ ਮਿਲਿਆ ਪਰਮਾਤਮਾ ਵੱਲੋਂ, ਪਰ ਇੱਕ ਚੀਜ਼ ਤੈਨੂੰ ਹੋਰ ਵੀ ਮਿਲੀ ਆ, ਬਿਰਧ ਪਿਆ ਤੂੰ ਸਿਆਣਾ ਹੋ ਗਿਆ, ਉੱਪਰ ਸਾਕਸ਼ ਹੈ ਤੇਰੇ ਉੱਪਰ, ਤੇਰੇ ਕਲੋਜ਼ ਮਨਸ ਹੈਗੇ ਆ, ਲਵਡ ਮਨਸ ਹੈਗੇ ਆ, ਬਿਰਧ ਪਿਆ ਉੱਪਰ ਸਕ ਮੁੱਖ ਪਿਆ ਉਹ ਬੈਠ ਕੇ ਦੇਣਾ। ਵੀ ਜੇ ਕਈ ਵਾਰੀ ਇੱਦਾਂ ਦੇ ਹਾਲਾਤ ਹੁੰਦੇ ਤਾਂ ਤੂੰ ਗ੍ਰਾਹੀ ਪਏ ਨੇ ਜੀ ਬਿੱਡਾਂ 'ਚ, ਮੈਂ ਦੇਖਿਆ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਲੋਕ ਬੈਠੇ ਨੇ, ਉਹਨਾਂ ਜਾ ਕੇ ਤੁਸੀਂ ਫੀਡ ਕਰਦੇ ਹੋ, ਹਾਂਜੀ ਠੀਕ ਹੈ ਜੀ, ਮੁੱਖ ਪਿਆਓ ਬੈਠ ਕੇ ਦੇਣ, ਪਰ ਤੇਰੇ ਮੂੰਹ 'ਚ ਗ੍ਰਾਹੀ ਤੱਕ ਪਾਉਣ, ਇੱਦਾਂ ਵੀ ਹਾਲਾਤ ਹੁੰਦੀ ਆ। ਮੈਂ ਸਰ ਇਹ ਕਹਿੰਦੀ ਕਿ ਬੱਚਿਆਂ ਦਾ ਐਵਰੀਬਾਡੀ ਐਕਸਪੈਕਟ ਸਮਥਿੰਗ, ਮੇਰੇ ਮਾਂ ਸਿਆਣੀ ਆ, ਮੈਨੂੰ ਪਤਾ ਸਭ ਕੁਝ ਛੱਡ ਕੇ ਉੱਧਰ ਹੋਇਆ ਹੋਇਆ, ਸਾਡੇ ਬੱਚਿਆਂ ਤੋਂ ਇੱਦਾਂ ਦਾ ਕੁਝ, ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਮਾਂ ਪਿਓ ਨੂੰ ਦੇਖਣ, ਕਿਉਂਕਿ ਜੇ ਬੱਚੇ ਨਹੀਂ ਦੇਖਣਗੇ ਤਾਂ ਫਿਰ ਕੌਣ ਦੇਖੂਗਾ। ਪਰ ਬਜ਼ੁਰਗ ਇਹ ਐਕਸਪੈਕਟ ਕਰਨ ਕਿ ਬੱਚੇ ਦੇਖਣ ਹੀ, ਉਹ ਦੁੱਖ ਦਾ ਕਾਰਨ ਆ। ਜੇ ਸਿਆਣੇ ਲੋਕੀ ਆ ਜਿਹੜੇ, ਉਹ ਜੇ ਉਹ ਆਪਣੀਆਂ ਐਕਸਪੈਕਟੇਸ਼ਨਸ ਥੋੜੀਆਂ ਰਿਲੈਕਸ ਕਰ ਦੇਣ, ਉਹਦੀਆਂ ਬਾਉਂਡਰੀਜ਼ ਨੂੰ, ਉਹ ਤਾਂ ਬਿਲਕੁਲ ਹੀ ਖਤਮ ਹੈ। ਮੈਂ ਕਹਿੰਦਾ ਐਕਸਪੈਕਟੇਸ਼ਨ ਰਿਲੈਕਸ ਕਰਨ ਦੀ, ਜੋ ਮੈਂ ਸਟੱਡੀ ਕੀਤਾ, ਮਾਫ ਕਰਨਾ ਰੀਤੂ ਜੀ, ਉਹਨਾਂ ਦਾ ਵਿਚਾਰੀ ਹੈ ਹੀ ਨਹੀਂ, ਉਹ ਤਾਂ ਬੋਲਦੇ ਹੀ ਨਹੀਂ ਸਰ। ਉਹ ਤੇ ਫੈਕਟ ਆ ਕਿ ਨਹੀਂ ਹੈਗਾ ਨਾ, ਉਹ ਤੁਸੀਂ ਫੈਕਟ ਦੀ ਗੱਲ ਕਰ ਰਹੇ ਹੋ। ਨਹੀਂ, ਦੇਖੋ ਜੀ, ਦੇਸੀ ਸਾਹਿਬ, ਦੇਖੋ ਇਸ਼ੂ ਕੀ ਹੈ। ਹਾਂਜੀ, ਪਹਿਲੀ ਗੱਲ ਹੈ, ਜੁਆਇੰਟ ਫੈਮਿਲੀ ਸਿਸਟਮ ਆ ਉਹ ਬ੍ਰੇਕਡਾਊਨ ਹੋ ਰਿਹਾ ਜਾਂ ਹੋ ਗਿਆ, ਠੀਕ ਨਹੀਂ, ਅਤੇ ਹੁਣ ਵੈਰੀ ਕੇਸਿਸ ਹੈਗੇ ਨੇ, ਤੁਸੀਂ ਕਹਿੰਦੇ ਹੋ ਵੀ ਮੇਰੇ ਤੁਹਾਡੇ ਮਦਰ ਨੇ, ਮਾਈ ਮਦਰ ਵਾਜ਼ 100 ਈਅਰਸ ਓਲਡ, ਮੇਰੇ ਦੋ ਬ੍ਰਦਰ ਨੇ ਲੁੱਕ ਆਫਟਰ ਕੀਤਾ, ਐਂਡ ਉਹਨਾਂ ਦੀ ਵਾਈਫ ਨੇ ਲੁੱਕ ਆਫਟਰ ਕੀਤਾ, ਐਂਡ ਅਨਫੋਰਚੁਨੇਟ ਸ਼ੀ ਪਾਸਡ ਅਵੇ ਫਿਊ ਵੀਕਸ ਬੈਕ, ਅਤੇ ਮਤਲਬ ਉਹਨਾਂ ਦੀ ਉਸ ਉਮਰ ਤੋਂ ਪਹੁੰਚੇ ਉਸ ਕਰਕੇ ਉੱਥੇ ਉਸ ਲੈਵਲ 'ਤੇ, ਤਾਂ ਹੀ
ਜਿੰਨੀ ਵੀ ਚਾਹੀਦੀ ਸੀ ਕਿਉਂਕਿ ਸੋ ਉਹ ਜਿਹੜੀਆਂ ਚੀਜ਼ਾਂ ਹੁਣ ਜਦੋਂ ਬੱਚੇ ਰਹਿੰਦੇ ਨਹੀਂ ਤੁਹਾਡੇ ਨਾਲ ਤੁਸੀਂ ਇੰਡੀਪੈਂਡੈਂਟ ਨਹੀਂ ਹੁੰਦੇ ਤੁਸੀਂ ਫਿਰ ਕਹਿੰਦੇ 20 ਸਾਲਾਂ ਬਾਅਦ ਤੁਹਾਨੂੰ ਆ ਕੇ ਦੇਖਣ ਉਹ ਸਿੰਘਾ ਸਾਹਿਬ ਇਹਨੂੰ ਤੁਸੀਂ ਇਟ ਡਸਨਟ ਸਾਊਂਡ ਫੀਜ਼ੀਬਲ ਅਨਫੋਰਚੂਨੇਟਲੀ ਇਟਸ ਅਨਫੋਰਚੂਨੇਟ ਬਟ ਇਟਸ ਕਾਨੂੰਨ ਬਣ ਰਿਹਾ ਮੰਗਟ ਸਾਹਿਬ ਜਗਦੀਸ਼ ਸਿੰਘ ਜੀ ਕਾਨੂੰਨ ਮੈਨੂੰ ਲੱਗਦਾ ਬਣ ਜਾਣਾ ਦੇਖੋ ਵੀ ਜਿਹੜਾ ਤੁਹਾਡਾ ਐਸੈਟ ਆ ਨਾ ਤੁਸੀਂ ਇਹਨੂੰ ਕੇਅਰ ਹੋਮ ਵਾਸਤੇ ਸਾਂਭ ਕੇ ਰੱਖੋ ਇਹ ਜ਼ਰੂਰੀ ਨਹੀਂ ਵੀ ਤੁਹਾਡੇ ਨੈਕਸਟ ਆਫ ਕਿਨ ਲੈ ਕੇ ਇਹ ਲਾਸਟ ਵੀਕ ਦੀ ਨਿਊਜ਼ ਸੀ ਆਪਾਂ ਜਿਸ ਮੁਲਕ ਦੇ ਵਿੱਚੋਂ ਆਏ ਹਾਂ ਉਸ ਮੁਲਕ ਦੇ ਵਿੱਚ ਇਹ ਕਾਨੂੰਨ ਹੈ ਹੀ ਆ ਹੁਣ ਵੀ ਜੇ ਤੁਸੀਂ ਆਪਣੇ ਬਜ਼ੁਰਗਾਂ ਦੀ ਸਾਂਭ ਨਹੀਂ ਕਰਦੇ ਤਾਂ ਉਹਨਾਂ ਦੀ ਜਿਹੜੀ ਇਨਹੈਰੀਟੈਂਸ ਆ ਉਹ ਜ਼ਰੂਰੀ ਤੁਹਾਨੂੰ ਮਿਲੇ ਠੀਕ ਹੈ ਨਾ ਇਸ ਮੁਲਕ ਦੇ ਵਿੱਚ ਜਿਹੜੀ ਤੁਹਾਡੀ ਪੋਜੈਸ਼ਨ ਹੈਗੀ ਹੈ ਉਹਨੂੰ ਮਤਲਬ ਤੁਸੀਂ ਪਹਿਲਾਂ ਵਰਤੋਂ ਫਿਰ ਜਿਹੜੀ ਸਟੇਟ ਆ ਉਹ ਤੁਹਾਡੀ ਸਹਾਇਤਾ ਕਰੇਗੀ ਪਰ ਗੱਲ ਜਿਹੜਾ ਤੁਹਾਡਾ ਮੇਨ ਕੇਂਦਰੀ ਧੁਰਾ ਹੈਗਾ ਕਿ ਕੀ ਮਤਲਬ ਵੀ ਜਨਰੇਸ਼ਨ ਦੇ ਨਾਲ ਜਿਹੜੀਆਂ ਅਗਲੀਆਂ ਜਨਰੇਸ਼ਨ ਉਹ ਜ਼ਿਆਦਾ ਸੈਲਫਿਸ਼ ਆ ਸਵਾਲ ਸਾਰਿਆਂ ਤੋਂ ਵੱਡਾ ਹੈਗਾ ਵੀ ਜਿਹੜੇ ਆਪਾਂ ਲੋਕ ਆਏ ਹੋ ਨਾ ਪੇਂਡੂ ਇਨਵਾਇਰਮੈਂਟ ਦੇ ਵਿੱਚੋਂ ਆਪਣੇ ਮੁਲਕ ਦੇ ਵਿੱਚ ਵਾਤਾਵਰਨ ਹੋਰ ਕਿਸਮ ਦਾ ਸੀ ਇੱਥੇ ਆ ਕੇ ਆਪਾਂ ਘਰ ਦਾ ਵੀ ਕੰਮ ਕੀਤਾ ਰੁਜ਼ਗਾਰ ਵੀ ਕਮਾਏ ਐਜੂਕੇਸ਼ਨ ਵੀ ਲਈ ਭਾਈਚਾਰੇ ਦਾ ਵੀ ਕੰਮ ਕੀਤਾ ਸੋਸ਼ਲ ਕੰਟਰੀਬਿਊਸ਼ਨ ਚਾਹੇ ਰਾਈਟਿੰਗ ਚਾਹੇ ਸਪੀਕਿੰਗ ਚਾਹੇ ਜੋ ਮਰਜ਼ੀ ਆ ਹੁਣ ਵੀ ਆਪਾਂ ਮਤਲਬ ਇਹ ਸੋਸ਼ਲ ਵਲੰਟਰੀ ਕੰਟਰੀਬਿਊਸ਼ਨ ਕਰ ਰਹੇ ਹਾਂ ਜਿਹੜੇ ਬੱਚੇ ਹੈਗੇ ਆ ਉਹ ਇਹ ਸਾਰੀ ਗੱਲ ਨੂੰ ਪ੍ਰੋਫੈਸ਼ਨਲੀ ਲੈਂਦੇ ਹੈਗੇ ਆ ਉਹਨਾਂ ਦਾ ਜਿਹੜਾ ਹੈਗਾ ਇਸ਼ੂ ਇਹ ਹੈਗਾ ਕਿ ਅਸੀਂ ਸਾਡਾ ਕਰੀਅਰ ਸਾਡੇ ਬੱਚੇ ਸਾਡੀ ਲਾਈਫ ਅਤੇ ਸਾਡਾ ਮਤਲਬ ਲਈਅਰ ਅਤੇ ਜੇ ਉਹਦੇ ਵਿੱਚ ਮਾਪਿਆਂ ਦੀ ਕੋਈ ਡਿਪੈਂਡੈਂਸੀ ਆ ਜਾਂਦੀ ਹੈ ਅਤੇ ਮੈਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਬੱਚੇ ਹੈਗੇ ਆ ਉਹ ਕਾਫੀ ਸਿੰਸੀਅਰ ਹੈ ਜਿਹੜੇ ਆਪਣਾ ਸਮਾਂ ਐਡਜਸਟ ਕਰਕੇ ਉਹ ਆਪਣੀ ਕੰਟਰੀਬਿਊਸ਼ਨ ਕਰਨ ਨੂੰ ਤਿਆਰ ਹੈ ਪਰ ਕਿਉਂਕਿ ਆਪਾਂ ਐਡਵਾਂਸ ਮੁਲਕ ਦੇ ਵਿੱਚ ਰਹਿੰਦੇ ਹਾਂ ਇੱਥੇ ਹੁਣ ਮਤਲਬ ਵੀ ਨਰਸਿੰਗ ਹੈਗੇ ਆ ਨਰਸਿੰਗ ਹੋਮ ਹੈਗੇ ਆ ਅਤੇ ਆਪਣੇ ਕੇਅਰ ਹੋਮ ਹੈਗੇ ਆ ਅਤੇ ਬਾਕੀ ਵੈਲਫੇਅਰ ਸਟੇਟ ਸਿਸਟਮ ਹੈਗਾ ਅਤੇ ਇੱਥੇ ਮਤਲਬ ਇੰਨਾ ਡਿਪਰਾਈਵ ਨਹੀਂ ਕੋ ਹੋ ਸਕਦਾ ਜਿਹਨੂੰ ਬਿਲਕੁਲ ਕੋਈ ਬਾਤ ਨਾ ਪੁੱਛੇ ਪਰ ਇਸ ਮੁਲਕ ਦੇ ਵਿੱਚ ਘੱਟੋ ਘੱਟ 13 ਮਿਲੀਅਨ ਲੋਕ ਇੱਦਾਂ ਆ ਵੀ ਜਿਹੜੇ ਇਕੱਲੇ ਰਹਿੰਦੇ ਆ ਜੀ ਜਿਹਨਾਂ ਦਾ ਕੋਈ ਬਾਲੀ ਵਰਸ ਨਹੀਂ ਜੀ ਇਹਦੇ ਵਿੱਚ ਮੁੜ ਕੇ ਆਪਾਂ ਉੱਥੇ ਕਰ ਲੈਂਦੇ ਕਿਉਂਕਿ ਗੁਰਦੁਆਰਿਆਂ ਤੋਂ ਬਿਨਾਂ ਕੋਈ ਛੁਟਕਾਰਾ ਨਹੀਂ ਗੁਰਦੁਆਰੇ ਨੂੰ ਆਪਾਂ ਆਲਾ ਮਾ ਆਪਾਂ ਦੇਣਾ ਦੇਣਾ ਸਵਾਲ ਆ ਤੁਹਾਡੇ ਕੋਲ ਭਾਈ ਅਸੀਂ ਕਮਰਸ਼ੀਅਲ ਵਰਲਡ 'ਚ ਰਹਿ ਰਹੇ ਹਾਂ ਠੀਕ ਹੈ ਜੀ ਸੰਗੀਤ ਨੂੰ ਕਮਰਸ਼ੀਅਲ ਕਰ ਹਰ ਚੀਜ਼ ਹੀ ਸਪੋਰਟਸ ਨੂੰ ਵੀ ਕਰ ਹਰ ਇੱਕ ਚੀਜ਼ ਕਾਮਯਾਬ ਹੋਏ ਬੜੇ ਉਹ ਮੰਨ ਲਓ ਕਮਰਸ਼ੀਅਲ ਕਰਕੇ ਫਿਰ ਰਿਲੇਸ਼ਨਸ਼ਿਪ ਵੀ ਕਿਸ ਤਰ੍ਹਾਂ ਕਮਰਸ਼ੀਅਲ ਕਰਦੀ ਹੈ ਜੀ ਸਮ ਐਕਸਟੈਂਟ ਹੋ ਚੁੱਕਾ ਭਾਵੇਂ ਇੱਥੇ ਹੱਸਦੇ ਹਾਂ ਬੜੀ ਗੰਭੀਰ ਗੱਲ ਹੈ ਕਿ ਈਵਨ ਮੈਂ ਇਹ ਵੀ ਵੇਖਿਆ ਕਿ ਜਿਹੜਾ ਸਾਡਾ ਮਾਡਰਨ ਜਨਰੇਸ਼ਨ ਦਾ ਨੌਜਵਾਨ ਹੈ ਉਹ ਇਹ ਵੇਖਦਾ ਵਿਆਹ ਮੈਂ ਕਰ ਲਊਂ ਜ਼ਰੂਰ ਕਰੂੰ ਲੇਕਿਨ ਮੈਂ ਚੁਣਵੀ ਵਾਈਫ ਜਾਂ ਚੁਣਵਾ ਆਦਮੀ ਉਹ ਲੱਭੂ ਜਿਹਦੀ ਕਮਾਈ ਵੀ ਐਸੀ ਹੋਵੇ ਜਿਹਦੀ ਪ੍ਰੋਫੈਸ਼ਨ ਵੀ ਐਸੀ ਹੋਵੇ ਭਾਵੇਂ ਆਪਸ ਵਿੱਚ ਹੀ ਸਾਡਾ ਪਿਆਰ ਹੋਵੇ ਨਾ ਹੋਵੇ ਲੇਕਿਨ ਸਾਡੇ ਇਮੇਜ ਵੀ ਗੱਡੀ ਵੀ ਉਹ ਇਸ ਤਰ੍ਹਾਂ ਦੀ ਚਲਾਉਂਦਾ ਹੋਵੇ ਬੱਚੇ ਵੀ ਗਾਂਹ ਜਿਹੜੀ ਸਾਡੀ ਪੈਦਾਵਾਰ ਉਹ ਇਸ ਸ਼ਕਲ ਦੀ ਹੋਵੇ ਮਤਲਬ ਉਹ ਵੀ ਅਸੀਂ ਕਮਰਸ਼ਲਾਈਜ਼ ਸੈਮੀ ਕਮਰਸ਼ਲਾਈਜ਼ ਕਰ ਦਿੱਤਾ ਕਿ ਹੁਣ ਕੱਲ੍ਹ ਨੂੰ ਕੋਈ ਮਾਪੇ ਜਗਦੀਸ਼ ਨੂੰ ਕਹਿ ਦੂਗਾ ਕਿ ਜੀ ਜਗਦੀਸ਼ ਤੂੰ ਹੁਣ ਆਇਆ ਤਾਂ ਤੂੰ ਉਹੀ ਔਰਤ ਲੱਭੀ ਜਿਹੜੀ ਕਿ ਤੇਰੇ ਬਰਾਬਰ ਦੀ ਪ੍ਰੋਫੈਸ਼ਨ ਦੀ ਹੋਵੇ ਹਾਂਜੀ ਉਹਦਾ ਵੀ ਰੰਗ ਐਸਾ ਚਿੱਟਾ ਜਿਹਾ ਰੰਗ ਹੋਵੇ ਬੱਚੇ ਵੀ ਤੁਹਾਡੇ ਉੱਦਾਂ ਦੇ ਪੈਦਾ ਹੋਣ ਘਰ ਵੀ ਤੁਹਾਡਾ ਉੱਦਾਂ ਦਾ ਹੀ ਹੋਵੇ ਕਾਰਾਂ ਵੀ ਤੁਹਾਡੀਆਂ ਉੱਦਾਂ ਦੀਆਂ ਹੋਣ ਤਾਂ ਉਹ ਮੇਰੇ ਲਈ ਦਿਲ ਲਈ ਬਹੁਤ ਹੋਰਬਲ ਗੱਲ ਹੋਵੇਗੀ ਮੈਂ ਉਸ ਚੀਜ਼ ਬਿਲੀਵ ਕਰਦਾ ਜਿਹੜਾ ਜੈਨੂਇਨ ਸਪੋਂਟੇਨੀਅਸ ਪਿਆਰ ਤਾਂ ਹੁਣ ਜਿਹੜੀ ਮੇਰੀ ਵਾਈਫ ਹੈ ਅੰਮ੍ਰਿਤਪਾਲ ਲੁਧਿਆਣੇ ਦੀ ਹੈ ਕਿ ਤਾਂ ਉਹ ਉਹ ਉਹਦੇ ਵਿੱਚ ਕੋਈ ਗੁਣ ਨਹੀਂ ਮੈਂ ਵੇਖਿਆ ਸਵਾਏ ਸੱਚਾਈ ਇਮਾਨਦਾਰੀ ਅਤੇ ਪਿਆਰ ਹੋਰ ਕੀ ਚਾਹੀਦਾ ਮੈਨੂੰ ਹਾਂਜੀ ਸੋ ਉਹ ਪਰ ਕਮਰਸ਼ਲਾਈਜ਼ਿੰਗ ਆਫ ਰਿਲੇਸ਼ਨਸ਼ਿਪਸ ਜਿਹੜੀ ਹੈ ਅਸੀਂ ਕਮਰਸ਼ਲ ਵਰਲਡ 'ਚ ਬਣ ਗਏ ਹਾਂ ਲੈਪਟੋਪਸ ਆਈਫੋਨਸ ਕਾਰਾਂ ਸਿਸਟਮਾਈਜੇਸ਼ਨ ਰਿਮੋਟ ਕੰਟਰੋਲ ਲਾਈਫ ਸਟਾਈਲ ਔਰ ਸਾਡੀ ਜਿਹੜੀ ਆ ਨਿੱਘੀ ਆਪਸੀ ਇਨਸਾਨੀਅਤ ਦੀ ਰਿਲੇਸ਼ਨਸ਼ਿਪ ਹੈ ਉਹ ਖਿਸਤੀ ਜਾ ਰਹੀ ਹੈ ਬੜੀ ਬਹੁਤ ਪਰਮਾਤਮਾ ਕਿਰਪਾ ਕਰੇ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਗੈਸਟ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦਰਸ਼ਕ ਦੇਖ ਰਹੇ ਨੇ ਧੰਨਵਾਦ ਤੁਹਾਡੇ ਫੀਡਬੈਕ ਦੀ ਉਡੀਕ ਰਹਿ ਗਈ ਅਗਲੇ ਹਫ਼ਤੇ ਇੱਕ ਹੋਰ ਟੋਪਿਕ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਆਗਿਆ ਦਿਓ ਜੀ ਅਤੇ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ